ਨਹੀਂ ਸਰਕਾਰ ਤੋਂ ਬੁਰੇ ਕੋ ਕੁਝ ਕਰ ਸਕਦੀ ਆ ਅਜੇ ਤੱਕ 11 111 ਦਿਨ ਮਿਲੇ ਇਹਨੂੰ ਜੇ ਕਿਤੇ ਟਾਈਮ ਪੂਰਾ 5 ਸਾਲ ਮਿਲ ਜਾਂਦੇ ਉਹ ਸੁਧਾਰ ਕਰ ਦੂ ਪੰਜਾਬ ਦਾ ਪੂਰਾ 111 ਦਿਨ ਦੇ ਵਿੱਚ ਨਾ ਤਾਂ ਆਪ ਸੁੱਤੇ ਨੇ ਨਾ ਸੌਣ ਦਿੱਤਾ ਨਾ ਸੌਣ ਦਿੱਤਾ ਉਹਨਾਂ ਨੇ ਕੀ ਆਇਆ ਕਿਸੇ ਨੇ ਕਿਸੇ ਗਰੀਬ ਦੀ ਸੁਣੀ ਨਹੀਂ ਗਰੀਬ ਨੇ ਦਿੱਤੀਆਂ ਨਾ ਇਹ ਇੱਕ ਬੰਦਾ सत श्री अकाल आदाब नमस्कार तुम्हें स्काई न्यूज पंजाब मैं हाँ बूटा दादा पहुँच गए श्री माछीवाड़ा साहब दिखा रहे हैं उत्थे दा जिहड़े हैगे ने गलबात करांगे भी उरे किहड़ी पार्टी आनी चाहिए किहड़ी पार्टी का रुझान आ किहड़ी पार्टी दे इत्थे दबदबा बनिया होया 2022 दे विधानसभा दे विच। हाँ जी भाजी की नाम जी तुहाडा? सत श्री अकाल जी मैं फौजी हुसैन सिंह बोल रहा। कित्थे रहने वाले हो? मैं माछीवाड़े दा रहने वाला। तुहाडे माछीवाड़े दे विच की सुधार होया? ਮਾਛੋਵਾੜੇ 'ਚ ਸੁਧਾਰ ਪਹਿਲਾਂ ਤਾਂ ਕੁਛ ਨਹੀਂ ਸੀਗਾ ਜੋ ਹੋਇਆ ਠੀਕ ਆ ਲੇਕਿਨ ਚੰਨੀ ਸਰਕਾਰ ਆਈ ਸੀ ਉਹਨੇ ਥੋੜ੍ਹਾ ਜਿਹਾ ਉੱਤਾ ਚੱਕਿਆ। 111 ਦਿਨ ਕੰਮ ਕੀਤਾ ਚੰਨੀ ਸਰਕਾਰ ਨੇ ਕਿੱਦਾਂ ਲੱਗ ਕੇ ਕੀਤਾ ਕੰਮ ਉਹਨੇ ਬਹੁਤ ਠੋਕ ਕੇ ਕੀਤਾ। ਬਿਜਲੀ ਦੇ ਬਿੱਲ ਜਿਨ੍ਹਾਂ ਦੇ ਬਕਾਇਆ ਖੜਾ ਸੀਗਾ 25-25-30 60-60-70-70-80 ਹਜ਼ਾਰ ਰੁਪਇਆ ਉਹ ਮਾਫ ਕਰ ਚੱਕਿਆ। ਤੇਲ ਉਹਨੇ ਘੱਟ ਕੀਤਾ 10 ਰੁਪਈਏ ਪੈਟਰੋਲ ਅਤੇ 5 ਰੁਪਏ ਡੀਜ਼ਲ ਕੀਤਾ। ਉਹਦੇ तारीफ करते हैं अभी तक चन्नी सरकार आनी चाहिए है। मैं फौजी हुसन सिंह बोल रहा जुल्फगढ़ मेरा पिंड चन्नी सरकार तो बुरे वो कुछ कर सकती है अजे तक 111 दिन मिले उन्होंने जे कि टाइम पूरा 5 साल मिल जाते वह सुधार कर दू पंजाब का पूरा। अच्छा जी 111 दिन ना पिट सुन दी है ना सुता ना सौन दिता। ठीक है मैं भी फौज के रिटायर हाँ जिन्हें काम बाकी बथेरे आई अकाली सरकार फलाना तो मना आई है लेकिन सब अपने घर भरे है किसी ने काम नहीं किया। 111 दिन बिजली के बिल माफ टूटियां बिल माफ डीजल उन्हें माफ करता बाकी आए हैं किसी ने किसी गरीब की सुनी नहीं गरीब ने दिखा ला एक बंदा। नौकरियां मिल गई नौकरियां हूँ तो कैप्टन ने की वह लेकिन कैप्टन उतरे क्यों ता ही उतारता इन्होंने 36 हज़ार मुलाजमान ने नौकरियां पक्या करी मिल गई ਉਹ ਮਿਲ ਗਈਆਂ ਨਾ ਮਿਲ ਗਈਆਂ ਬਾਕੀ ਜਿੰਨਾ ਕੁ ਸੋਚਿਆ ਉਹਨੇ ਬਹੁਤ ਸੋਚਿਆ। ਲੋਕੀ ਤਾਂ ਕਹਿੰਦੇ ਉਹਨੇ ਲਾਣੀ ਕੀਤੇ ਨੇ ਕੰਮ ਨਹੀਂ ਲਾ ਨਹੀਂ ਕੀਤਾ ਐਕਚੁਅਲੀ ਇਹ ਗਰਾਊਂਡ 'ਤੇ ਆ ਸਾਡੇ ਪਿੰਡ ਦੇ 5-6 ਬੰਦੇ ਆ ਜਿਨ੍ਹਾਂ ਦਾ 80 ਲੱਖ ਰੁਪਇਆ 80 ਹਜ਼ਾਰ ਸੀ ਬਿੱਲ ਉਹ ਮਾਫ਼ ਕੀਤੇ ਆ। ਤੁਹਾਡੇ ਪਿੰਡ ਮਰਲੇ ਮਿਲ ਗਏ 5-5 ਰੁਪਏ ਦੇ? 5-5 ਮਰਲੇ ਮਿਲੇ ਤਾਂ ਠੀਕ ਆ ਉਹਨਾਂ ਨੇ ਐਲਾਨ ਕੀਤਾ ਮਿਲੇ ਨਹੀਂ ਚਾਹ ਗਾਂ ਮਿਲ ਜੂ ਸਰਕਾਰ ਨੂੰ ਟਾਈਮ ਹੀ ਘੱਟ ਸੀ ਹੁਣ ਵਿਚਾਰਾ ਕਰਦਾ ਕੀ 111 ਦਿਨ ਕੀ ਕਰਦਾ ਉਹਨੂੰ ਰਾਤ ਦਿਨ ਤਾਂ ਸੌਣ ਦਾ ਟਾਈਮ ਨਹੀਂ ਮਿਲਿਆ ਹੁਣ ਅੱਗੇ ਦੇ ਦੂ ਹਜੇ 5 ਸਾਲ ਉਹਦੇ ਹੋਣਗੇ ਨਾ ਫਿਰ ਪਤਾ ਲੱਗੂ ਫਿਰ ਆਪੇ ਦਊ ਉਹ ਅਸੀਂ ਆਪੇ ਲਿਜਾ ਕੇ ਲਵਾਂਗੇ ਜਾ ਕੇ ਘਰ ਚਲ ਜਾਵਾਂਗੇ ਉਹਦੇ ਵੀ ਦੁਆ ਵੀ ਸਾਨੂੰ ਠੀਕ ਆ ਸਾਡਾ ਜਾਤ ਪਈ ਆ ਅਸੀਂ ਤਾਂ ਮੰਗ ਉਹੀ ਕਰਦੇ ਹਾਂ ਪੂਰਾ ਮਾਛੀਵਾੜੇ ਮੰਗਦਾ ਹੋਰ ਦੱਸੀ ਪੂਰਾ ਮਾਛੀਵਾੜਾ ਮਾਛੀਵਾੜਾ ਮੰਗ ਚੰਨੀ ਦੀ ਸਰਕਾਰ ਹਾਂ ਚੰਨੀ ਦੀ ਸਰਕਾਰ ਮੰਗ ਹਾਂਜੀ ਕੀ ਨਾਂ ਜੀ? ਮੇਰਾ ਨਾਮ ਸੰਤੋਖ ਸਿੰਘ। ਕਿਹੜੀ ਸਰਕਾਰ ਦੇਖਣਾ ਚਾਹੁੰਦੇ ਬਾਪੂ? ਸਾਨੂੰ ਤਾਂ ਕੋਈ ਸਰਕਾਰ ਚੰਗੀ ਨਹੀਂ ਲੱਗ ਰਹੀ ਇਹ ਜਿਹੜੀਆਂ ਇਹ ਨੇ ਤਾਜ਼ੀਆਂ ਤਾਜ਼ੀਆਂ ਸਰਕਾਰਾਂ ਕੋਈ ਚੰਗੀਆਂ ਨਹੀਂ ਲੱਗ ਰਹੀਆਂ। ਚੰਨੀ ਸਰਕਾਰ ਤੋਂ ਕਿਵੇਂ? ਨਹੀਂ ਠੀਕ ਆ ਉਹ ਬੰਦਾ ਸਹੀ ਆ ਉਹਨੇ ਕੀਤਾ ਜਿਹੜਾ ਕੁਛ ਉਹਨੇ ਵਾਅਦਾ ਕੀਤਾ ਸੀ ਵੀ ਬਿੱਲ ਮਾਫ਼ ਕਰੂੰਗਾ ਸਾਰਾ ਕੁਛ ਮਾਫ਼ ਉਹਨੇ ਮਾਫ਼ ਕੀਤੇ ਆ। ਕੈਪਟਨ ਸਰਕਾਰ ਨੇ ਕੀਤਾ ਨਹੀਂ ਉਹਨੇ ਤਾਂ ਸਾਡਾ ਚੁੱਗਾ ਹੀ ਚੌੜ ਕਰਕੇ ਰੱਖਦਾ ਉਹਨੇ ਤਾਂ ਇੱਕ ਰੁਪਈਆ ਸਾਡੀ ਉਹ ਪੈਨਸ਼ਨ ਆਉਂਦੀ ਸੀ ਉਹ ਵੀ ਮਾਰਨ ਨੂੰ ਫਿਰਦਾ ਸੀ ਉਹ ਕਹਿੰਦਾ ਬੁੜਿਆਂ ਨੂੰ ਮਾਰ ਹੀ ਦੇਣਾ ਪੈਨਸ਼ਨ ਬੰਦ ਕਰਾਉਂਦਾ ਸੀ ਉਹ ਕਰਕੇ ਕਰਾਉਂਦਾ ਜੀ ਇਹਨਾਂ ਨੂੰ ਬੁੜਿਆਂ ਨੂੰ ਮਾਰ ਦਿਓ ਇਹਨਾਂ ਨੂੰ ਪੈਨਸ਼ਨ ਨਾ ਲੱਗੇ। ਕਿੰਨੀ ਉਮਰ ਹੋ ਗਈ ਟੁੱਟੀ ਜੀ? ਮੇਰੀ 70 ਸਾਲ ਦੀ ਉਮਰ ਆ ਮੇਰੀ ਪੈਨਸ਼ਨ ਨਹੀਂ ਲੱਗੀ। ਪੈਨਸ਼ਨ ਲੱਗੀ ਨਹੀਂ ਹਜੇ ਤੱਕ ਇਹਨੇ ਲੱਗਾ ਹੀ ਲੱਗੀ ਨਹੀਂ। ਕਰਦੇ ਕਿਉਂ ਅੱਜ ਕੱਲ੍ਹ? ਅੱਜ ਕੱਲ੍ਹ ਆ ਦਿਹਾੜੀ ਚਿਹਰਾ ਕਰਦੇ ਹਾਂ ਔਰ ਰੇੜਾ ਖੜਾ ਹਾਂ ਉਹ ਰੇੜਾ ਕਰਦੇ ਹਾਂ ਭਰਾਵਾ ਟਾਈਮ ਪਾਸ ਕਰਦੇ ਹਾਂ ਆਪਣਾ ਦਿਹਾੜੀ ਪੈ ਜਾਂਦੀ ਆ। ਕੋਈ ਨਾ ਕੋਈ ਕਿਸੇ ਨੇ ਸਾਨੂੰ ਕਿਸੇ ਕਰਜ਼ਾ ਨਹੀਂ ਲਿਆ ਕਿਸੇ ਨੂੰ ਕੁਛ ਨਹੀਂ ਦਿੱਤਾ ਅਸੀਂ ਇਹਨੇ ਇਹ ਸਰਕਾਰਾਂ ਦੇ ਨਾਲ ਬੜੇ ਡੁੱਗੇ ਆ। ਤੁਹਾਡੇ ਇੱਥੇ ਸ਼ਹਿਰ ਦੇ ਵਿੱਚ ਸੜਕਾਂ ਸੁੜਕਾਂ ਬਣ ਗਈਆਂ? ਸਾਡੇ ਸ਼ਹਿਰ 'ਚ ਸੜਕ ਸਾਡੇ 'ਤੇ ਚੱਲ ਕੇ ਹਾਲ ਦੇ ਦੇਖ ਕੋਈ ਬੁਰਾ ਹਾਲ ਆ ਸਾਡਾ ਬੁਰਾ ਹਾਲ ਆ ਸਾਡੇ ਘਰ ਮਕਾਨ ਦੇਖ ਲੈ ਮਕਾਨ ਟੁੱਟਿਆ ਜਿਹਾ ਕੁਛ ਨਹੀਂ ਇਹਨਾਂ ਨੇ ਦਿੱਤਾ ਨਾ ਸਾਨੂੰ ਦਾ ਉਹ ਦੂਆ ਕੀ ਲੈਂਦੇ ਉਹ ਕਰਜ਼ਾ ਵੀ ਨਹੀਂ ਦਿੱਤਾ ਕਹਿੰਦੇ ਨਾ ਜੀ ਤੁਹਾਨੂੰ ਨਹੀਂ ਮਿਲਣਾ। ਜੇ ਚੰਨੀ ਸਰਕਾਰ ਆਊਗੀ ਤੁਹਾਡਾ ਹਾਲ ਹੋਜੂ? ਹੋਜੂ ਪੂਰਾ ਯਕੀਨ ਉਹ ਪੂਰਾ
ਸਾਨੂੰ ਪੂਰਾ ਯਕੀਨ ਹੈ। ਦਿੱਲੀ ਸਾਹਿਬ ਤੇ ਜਾਣੇ ਹੋਣਾ ਤਾਂ ਘਰ ਵਾਲਾ ਦਾ ਬੜੇ ਸ਼ਹਿਰ ਦੇ ਵਿੱਚ ਮਾਛੀਵਾੜਾ ਸ਼ਹਿਰ ਵਿੱਚ ਦੇਖਦੇ ਹਾਂ ਜਿੱਦਾਂ ਪਤਾ ਤੁਹਾਨੂੰ ਵਿਧਾਨ ਸਭਾ 2022 ਦੀ ਜਿਹੜੀ ਇਲੈਕਸ਼ਨ ਮੂਹਰੀ ਆ ਰਹੇ ਨੇ ਵੀ ਕਿੰਨਾ ਕੁ ਮਾਹੌਲ ਇੱਥੇ ਭਖਿਆ ਹੋਇਆ ਵੀ ਕਿੱਦਾਂ ਚੱਲਦਾ ਪਿਆ ਪੁੱਛਦੇ ਹਾਂ ਵੀ ਕਿਹੜੀ ਸਰਕਾਰ ਆਉਣੀ ਚਾਹੀਦੀ ਹੈ ਕਿਹੜੀ ਸਰਕਾਰ ਨੇ ਕਿੰਨੇ ਕੁ ਕੰਮ ਕੀਤੇ ਨੇ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨਾਲ ਜਾ ਕੇ ਹਾਂਜੀ ਵੀ ਕਿੰਨੇ ਕੁ ਕੰਮ ਹੋਏ ਨੇ ਵੀ ਕਿੰਨੇ ਕੁ ਵਿਕਾਸ ਹੋ ਸਕਦਾ ਕਿਹੜੀ ਪਾਰਟੀ ਕਰ ਸਕਦੀ ਹੈ ਹਾਂਜੀ ਕਿਨਾ ਜੀ ਪ੍ਰਵੀਨ ਸੂਦ ਜੀ ਹਾਂਜੀ ਕਿਹੜੀ ਪਾਰਟੀ ਜਿਹੜੀ ਪੰਜਾਬ ਦਾ ਸੁਧਾਰ ਕਰ ਸਕਦੀ ਪੰਜਾਬ ਦਾ ਸਰਕਾਰ ਜਿਹੜੀ ਸੈਂਟਰ 'ਚ ਪਾਰਟੀ ਬੈਠੀ ਉਹੀ ਕਰ ਸਕਦੀ ਹੈ ਜੀ ਬਾਕੀ ਪਾਰਟੀਆਂ ਦੀ ਉਮੀਦ ਨਹੀਂ ਕੋਈ ਬਾਕੀ ਪਾਰਟੀਆਂ ਦਾ ਜੀ ਜਦ ਤੱਕ ਉੱਪਰੋਂ ਸੈਂਟਰ ਨਹੀਂ ਸੈਂਟਰ ਆ ਜੋ ਫੰਡ ਜਿਹੜੇ ਆਉਂਦੇ ਉਹ ਸੈਂਟਰ 'ਚ ਹੀ ਆਉਣਾ ਜੀ ਸੈਂਟਰ 'ਚ ਤਾਂ ਹੀ ਫੰਡ ਆਏ ਜੇ ਉਹਨਾਂ ਦੀ ਸਰਕਾਰ ਸੇਮ ਹੋਊਗੀ ਅਦਰਵਾਈਜ਼ ਤਾਂ ਜਦ ਤੱਕ ਪੰਜਾਬ 'ਚ ਸੇਮ ਸਰਕਾਰ ਉਹ ਨਹੀਂ ਆਉਂਦੀ ਜਿਹੜੀ ਸੈਂਟਰ ਦੇ ਵਿੱਚ ਹੈਗੀ ਆ ਉਹ ਤਾਂ ਪੰਜਾਬ ਦਾ ਕੁਛ ਨਹੀਂ ਹੋਣਾ ਜਿਹੜੀ ਬਾਕੀ ਸਰਕਾਰਾਂ ਨੇ ਕੁਛ ਨਾ ਕੁਛ ਲੈ ਕੇ ਆਉਂਦੀ ਪੰਜਾਬ ਨੂੰ ਵੀ ਉਹ ਸਰਕਾਰਾਂ ਜਿਹੜੀ ਨੇ ਕੰਮ ਨਹੀਂ ਕਰ ਸਕਦੀਆਂ ਕਿ ਘੱਟ ਪੈਸੇ ਮਿਲਦੇ ਨੇ ਨਹੀਂ ਕੰਮ ਜ਼ਰੂਰ ਕਰ ਸਕਦੀਆਂ ਪਰ ਉਸ ਹਿਸਾਬ 'ਚ ਕੰਮ ਨਹੀਂ ਹੋ ਸਕਦਾ ਜੇ ਜਿਹੜੇ ਹਿਸਾਬ ਨੂੰ ਹੋਣਾ ਚਾਹੀਦਾ ਵਾ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਸਾਹਿਬ ਤਾਂ ਹੈਗੇ ਜੀ ਉਮੀਦ ਪੂਰੇ ਇਹ ਨਾ ਸੋਚੋ ਕਿ ਅਸੀਂ ਲੋਕ ਉਹਨਾਂ ਨਾਲ ਪੁਰਾਣੇ ਜੁੜੇ ਹਾਂ ਤਾਂ ਇਹ ਗੱਲਾਂ ਬੋਲ ਰਹੇ ਹਾਂ ਕਿਉਂਕਿ ਜਿੰਨਾ ਚਿਰ ਵੀ ਉਹਨਾਂ ਦੀ ਸਰਕਾਰ ਰਹੀ ਆ ਕਮ ਸੇ ਕਮ ਸੜਕਾਂ ਦੀ ਸਹੂਲਤ ਤਾਂ ਬਹੁਤ ਵਧੀਆ ਮਿਲਦੀ ਰਹੀ ਹੈ ਜੀ ਅਤੇ ਹਰੇਕ ਨੂੰ ਆਪਣੇ ਹਲਕੇ ਨਾਲ ਇਹ ਪਤਾ ਹੁੰਦਾ ਆ ਹੁਣ ਸਾਡਾ ਹਲਕਾ ਜਿਵੇਂ ਮਾਛੀਵਾੜਾ ਸਾਹਿਬ ਆ ਸਾਨੂੰ ਇੱਥੇ ਬੁਨਿਆਦੀ ਚੀਜ਼ਾਂ ਤਾਂ ਦੂਰ ਦੀ ਗੱਲ ਆ ਜਿਵੇਂ ਮੈਡੀਕਲ ਵਗੈਰਾ ਤਾਂ ਦੂਰ ਦੀ ਗੱਲ ਆ ਸੜਕਾਂ ਤੱਕ ਵੀ ਵਧੀਆ ਨਹੀਂ ਮਿਲਿਆ ਗਿਆ ਕਈ ਪਿੰਡਾਂ ਦੇ ਤਾਂ ਬਹੁਤ ਬੁਰੇ ਹਾਲ ਆ ਸੜਕਾਂ ਦੇ ਚਾਰ ਸਾਢੇ ਚਾਰ ਸਾਲ ਪੱਥਰ 'ਤੇ ਹੀ ਤੁਰੀ ਗਏ ਨੇ ਉਹ ਰੋਡਿਆਂ 'ਤੇ ਕਿੰਨੇ ਕੁ ਐਕਸੀਡੈਂਟ ਹੋਏ ਆ ਕਿੰਨੇ ਕੁ ਮਾਵਾਂ ਦੇ ਪੁੱਤ ਚਲੇ ਗਏ ਪਤਾ ਹੀ ਨਹੀਂ ਗਾ ਜੀ ਇਹਦਾ ਨਹੀਂ ਇੱਕੋ ਇੱਕ ਜਿਹੜੀ ਸਰਕਾਰ ਆ ਜਿਹਨੇ ਅਜੂਬੇ ਬਣਾਏ ਦੇ ਪੰਜਾਬ ਵਿੱਚ ਪੰਜਾਬੀ ਵਿਰਸੇ ਨੂੰ ਸਾਂਭ ਕੇ ਰੱਖੇ ਉਹ ਤਾਂ ਅਜੂਬੇ ਤਾਂ ਉਹਨਾਂ ਨੇ ਬਣਾਏ ਅਕਾਲੀ ਦਲ ਬਾਦਲ ਸਾਹਿਬ ਉਹਨਾਂ ਨੇ ਅਜੂਬੇ ਤਾਂ ਬਣਾਏ ਬਣਾਏ ਆ ਜੀ ਪਰ ਉਹਨਾਂ ਦੇ ਨਾਲ ਸੜਕਾਂ ਦੀ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਕੀਤੀ ਸੀਗੀ ਜਿਹੜੀ ਕਿ ਰੂਟੀਨ ਦੀ ਰੋਜ਼ ਦੀ ਲੋੜ ਆ ਜੀ ਅਤੇ ਹੁਣ ਜਿਹੜੀ ਵੀ ਸਰਕਾਰ ਆਊਗੀ ਹਰੇਕ ਸਰਕਾਰ ਨੂੰ ਪਤਾ ਵੀ ਲੋਕ ਵੀ ਜਾਗਰੂਕ ਹੋ ਚੁੱਕੇ ਨੇ ਅਤੇ ਹੁਣ ਜਿਹੜਾ ਵੀ ਆਊਗਾ ਤਾਂ ਕੰਮ ਪੂਰਾ ਵਧੀਆ ਕਰਕੇ ਦਿਖਾਉਣਗੇ ਤੁਹਾਨੂੰ ਪੰਜਾਬ ਬਾਰੇ ਕਿੰਨੀ ਕੁ ਨੌਲੇਜ ਆ ਪੰਜਾਬ ਬਾਰੇ ਨੌਲੇਜ ਪੰਜਾਬ 'ਚ ਰਹਿੰਦੇ ਨੌਲੇਜ ਤਾਂ ਹੈਗੀ ਹੈ ਜੀ ਸਾਰੀ ਪੰਜਾਬ ਦੀ ਕਿੰਨੀਆਂ ਜਿਹੜੀ ਰਾਜਧਾਨੀਆਂ ਨੇ ਪਹਿਲਾਂ ਹੋਈਆਂ ਨੇ ਹੁਣ ਕਿੰਨੀ ਰਾਜਧਾਨੀ ਹੈ ਇੱਕੋ ਹੀ ਆ ਚੰਡੀਗੜ੍ਹ ਜੀ ਇੱਕੋ ਹੀ ਚੰਡੀਗੜ੍ਹ ਜਿਹੜੀ ਤੋਂ ਪਹਿਲਾਂ ਦੋ ਹੀ ਨੇ ਉਹਦੇ ਬਾਰੇ ਪਤਾ ਨਹੀਂ ਨਹੀਂ ਇੰਨਾ ਜ਼ਿਆਦਾ ਡੀਪਲੀ ਨਹੀਂ ਪਤਾ ਹਾਂਜੀ ਅੱਜ ਮਾਛੀਵਾੜੇ ਪਹੁੰਚ ਕੇ ਮਾਛੀਵਾੜੇ ਦੀ ਗਲੀਆਂ ਦਾ ਤੁਹਾਨੂੰ ਹਾਲ ਦਿਖਾ ਰਹੇ ਹਾਂ ਕਹਿ ਰਹੇ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਆ ਬਾਈ ਜੀ ਨੇ ਨਾਲ ਦੁਕਾਨ ਵੀ ਲਾਈ ਹੋਈ ਹੈ ਨਾਲ ਇੱਥੇ ਸੜਕਾਂ ਵੀ ਟੁੱਟੀਆਂ ਨੇ ਹਾਂਜੀ ਬਾਈ ਜੀ ਕੀ ਨਾਂ ਜੀ ਰਾਜੀਵ ਕੁਮਾਰ ਜੀ ਇਹ ਬੁਰਾ ਹਾਲ ਹੁਣ ਤੋਂ ਹੀ ਹੈ ਕਿ ਸ਼ੁਰੂ ਤੋਂ ਹੀ ਆ ਇਹ ਥੋੜ੍ਹੇ ਦਿਨਾਂ ਤੋਂ ਹੀ ਹੋਇਆ ਜੀ ਤਾਂ ਜੀ ਅੱਛਾ ਜੇ ਵੈਸੇ ਬੁਰਾ ਹਾਲ ਤਾਂ ਜਿਹੜਾ ਸਮਰਾਲੇ ਤੋਂ ਉਦੋਂ ਵੱਲ ਤੱਕ ਦੀ ਰੋਡ ਆ ਉਹਦਾ ਦੇਖ ਜਾ ਕੇ ਦੇਖੋ ਵੀ ਸ਼ੁਰੂ ਤੋਂ ਹੀ ਇਹ ਹਾਲ ਆ ਉਹਦਾ ਹਾਂਜੀ ਮੁਲਕ ਆਜ਼ਾਦ ਹੋਏ ਨੂੰ ਅੱਜ 74 ਅਤੇ 75 ਸਾਲ ਹੋ ਗਏ ਅੱਜ ਤੱਕ ਕੋਈ ਸੁਧਾਰ ਨਹੀਂ ਹੋਇਆ ਦੇਖੋ ਜੀ ਇੱਥੇ ਤਾਂ ਦੋਨਾਂ ਪਾਰਟੀਆਂ ਨੇ ਲੁੱਟਿਆ ਕਿਉਂ ਜੀ ਇੱਥੇ ਦੋਨਾਂ ਪਾਰਟੀਆਂ ਨੇ ਲੁੱਟਿਆ ਹੁਣ ਇਸ ਵਾਰ ਮੌਕਾ ਆਮ ਆਦਮੀ ਦਾ ਹਾਂਜੀ ਚੇਂਜ ਕਰਾਂਗੇ ਕਰਾਂਗੇ ਜੀ ਇੱਕ ਮੌਕਾ ਦੇਵਾਂਗੇ ਪੱਕਾ ਜੀ ਹਾਂਜੀ ਬਾਈ ਜੀ ਕੀ ਨਾਂ ਜੀ ਤੁਹਾਡਾ ਕੀਰਤ ਸਿੰਘ ਜੀ ਕਿੱਥੇ ਰਹਿਣ ਵਾਲੇ ਹੋ ਇੱਥੇ ਲੋਕਲੀ ਹਾਂ ਜੀ ਲੋਕਲੀ ਰਹਿਣ ਵਾਲੇ ਹਾਂਜੀ ਕੀ ਲੱਗਦਾ ਜਿਹੜੀ ਇਹ ਪਾਰਟੀਆਂ ਨੇ ਜਿਹੜਾ ਇੰਨਾ ਟਾਈਮ ਤੁਹਾਨੂੰ ਦੇਖਦੇ ਨੂੰ ਹੋ ਗਏ ਤੁਹਾਡੇ ਬਜ਼ੁਰਗਾਂ ਨੂੰ ਦੇਖਦੇ ਨੂੰ ਹੋ ਗਿਆ ਵੀ ਇਹ ਪਾਰਟੀਆਂ ਨੇ ਮੁਲਕ ਆਜ਼ਾਦ ਹੋਣ ਤੋਂ ਬਾਅਦ ਕੋਈ ਸੁਧਾਰ ਨਹੀਂ ਕੀਤਾ ਨਹੀਂ ਜੀ ਬਿਲਕੁਲ ਨਹੀਂ ਕੀਤਾ ਜੀ ਮੈਂ ਪੁੱਛਦਾ ਪੜ੍ਹੇ ਕਿੰਨੇ ਹੋਏ ਮੈਂ ਗ੍ਰੈਜੂਏਸ਼ਨ ਕੀਤੀ ਜੀ ਧੱਕੇ ਖਾ ਰਹੇ ਜੀ ਹੁਣ ਕਾਰੋਬਾਰ ਕੋਈ ਵੀ ਨਹੀਂ ਨੋ ਸਰ ਫਿਰ ਉਰੇ ਹੁਣ ਟਾਈਮ ਪਾਸ ਕਰਦੇ ਹੋ ਨਹੀਂ ਨਹੀਂ ਹੁਣ ਅਸੀਂ ਰੀਡਿੰਗ ਲੈ ਕੇ ਆਏ ਹਾਂ ਮੀਟਰਾਂ ਦੀ ਮੀਟਰ ਰੀਡਰ ਹਾਂ ਅਤੇ ਉਹ ਕੰਮ ਕਰਕੇ ਆਏ ਪਰ ਤੁਹਾਨੂੰ ਪਤਾ ਪ੍ਰਾਈਵੇਟ ਨੌਕਰੀਆਂ ਦੇ ਕੀ ਬਣਦੇ ਜੀ ਅੱਜ ਕਿੰਨੀ ਕੁ ਸੈਲਰੀ ਮਿਲਦੀ ਹੈ ਹੱਦ 8-9 ਹਜ਼ਾਰ ਹੀ ਬਸ ਕਿੰਨਾ ਖਰਚਾ ਕਰ ਤੁਹਾਡਾ ਪੜ੍ਹਾਈ 'ਤੇ ਪੜ੍ਹਾਈ 'ਤੇ ਆ ਗਿਆ ਹੁਣ ਜੀ ਹੁਣ ਤੱਕ ਘਰਦਿਆਂ ਨੇ ਲਾਇਆ ਹੁਣ ਲੱਖ ਤੋਂ ਲੱਖਾਂ ਲੱਖਾਂ ਦੇ ਹਿਸਾਬ ਨਾਲ ਆ ਗਿਆ ਹੋਣਾ ਗ੍ਰੈਜੂਏਸ਼ਨ ਐਵੇਂ ਥੋੜ੍ਹੀ ਹੁੰਦੀ ਹੈ ਜੀ ਸ਼ੁਰੂ ਤੋਂ ਪੜ੍ਹਾਇਆ ਉਹਨਾਂ ਨੇ ਤੁਹਾਨੂੰ ਲੱਗਦਾ ਕੋਈ ਨੌਕਰੀ ਮਿਲ ਜੂਗੀ ਆਸ ਨਹੀਂ ਹੈਗੀ ਸਾਡੇ ਨਾਲੋਂ ਵੱਧ ਪੜ੍ਹੇ ਹੋਏ ਵਿਚਾਰੇ ਧੱਕੇ ਖਾਂਦੇ ਨੇ ਡਿਗਰੀਆਂ ਚੱਕੀ ਫਿਰਦੇ ਨੇ ਸਾਨੂੰ ਕੀ ਆਸ ਹੋਣੀ ਜੀ ਕੋਈ ਨਵੀਂ ਸਰਕਾਰ ਕੋਈ ਵਧੀਆ ਸਰਕਾਰ ਆ ਕੇ ਲੱਗਦਾ ਤੁਹਾਨੂੰ ਜਿਵੇਂ ਆਮ ਪਾਰਟੀ ਕਹਿੰਦੇ ਪੈ ਨੇ ਉਰੇ ਵੀ ਆਮ ਪਾਰਟੀ ਕੋਲ ਨਾ ਕੋਈ ਲਿਆਊਗੀ ਪੰਜਾਬ 'ਚ ਹੁਣ ਦਿੱਲੀ 'ਚ ਕੁਛ ਆਸ ਜੇ ਹੁੰਦੇ ਦਿੱਲੀ ਦੇਖ ਕੇ ਵੀ ਉਹਨਾਂ ਨੇ ਕੁਛ ਵਧੀਆ ਕੀਤਾ ਉੱਥੇ ਸਰ ਸਕੂਲ ਵਧੀਆ ਕੀਤੇ ਆ ਸਮਾਰਟ ਕਲਾਸਾਂ ਦਿੱਤੀਆਂ ਉਹਨਾਂ ਦਾ ਆਸ ਜੀ ਜਾਗਦੀ ਆ ਵੀ ਉਹ ਕੁਛ ਕਰਨਗੇ ਤਾਂ ਉਹਨਾਂ ਨੂੰ ਮੌਕਾ ਦੇ ਕੇ ਦੇਖਾਂਗੇ ਐਤਕੀ ਜਿਹੜਾ ਮਾਛੀਵਾੜਾ ਸਾਹਿਬ ਆ ਮਾਛੀਵਾੜਾ ਸਾਹਿਬ ਆਪਣੇ ਪੀਰ ਪੈਗੰਬਰਾਂ ਗੁਰੂਆਂ ਦੀ ਧਰਤੀ ਹੈ ਹਾਂਜੀ ਹਾਂਜੀ ਸਰ ਹੈਗੇ ਇੱਥੇ 10ਵੇਂ ਪਾਤਸ਼ਾਹ ਜੀ ਆਏ ਹੋਏ ਨੇ ਅਤੇ ਪਰ ਇੱਥੇ ਉਹਨਾਂ ਨੇ ਕੁਛ ਨਹੀਂ ਕੀਤਾ ਜੀ ਲੀਡਰਾਂ ਨੇ ਕੁਛ ਨਹੀਂ ਕੀਤਾ ਲੀਡਰਾਂ ਨੇ ਕੁਛ ਨਹੀਂ ਕੀਤਾ ਜੀ ਮਾਛੀਵਾੜਾ ਦੇ ਜੰਗਲ ਬੜੇ ਮਸ਼ਹੂਰ ਹੋਏ ਨੇ ਹਾਂਜੀ ਹੈਗੇ ਜੰਗਲ ਤਾਂ ਹੁਣ ਨਾਂ ਦੀ ਰਹਿ ਗਈ ਇੱਥੇ ਕੋਈ ਸ਼ਰਧਾਲੂ ਆਉਂਦੇ ਨੇ ਵਿਚਾਰੇ ਉਹ ਕਹਿਣਗੇ ਮਾਛੀਵਾੜੇ ਦੇ ਜੰਗਲ ਪਰ ਜੰਗਲ ਤਾਂ ਹੁਣ ਖਤਮ ਹੀ ਹੋ ਚੁੱਕੇ ਨੇ ਜੀ ਰਮਨਦੀਪ ਸਿੰਘ ਜੀ ਰਮਨਦੀਪ ਸਿੰਘ ਇੱਧਰ ਜਿਹੜਾ ਮਾਛੀਵਾੜਾ ਸਾਹਿਬ ਆ ਬੜਾ ਮਸ਼ਹੂਰ ਆ ਅਤੇ ਗੁਰੂ ਪੀਰਾਂ ਦੀ ਧਰਤੀ ਹੈ ਹਾਂਜੀ 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 ਜੀ ਕਿੰਨਾ ਕੁ ਸੁਧਾਰ ਹੋਇਆ ਮੇਰੇ ਟਾਈਮ
तो बाकी सारे आले दुआले गुरुद्वारा साहब बिच मीट मार्केट बनाई है, उन्होंने भी कहन कहा भी बाहर कड्डो, उन्होंने वह भी नहीं बाहर कटी इन्होंने। आजा तुम्हें अगे आ जा। जी सरकार ने सरकार ने पूरा भी सुधार नहीं किया नहीं जी। वैसे तो यह कहने सुन आया एक कांग्रेस का कढ़ रहा है। हाँ जी कांग्रेस का कढ़ रहा जी, डा नहीं तोड़ा सरकार नहीं जी। कोई कोई इतने मेरे मेरे हिसाब ना जो मैं देखा इतने कोई सुधार नहीं आया मेरे। हाँ सड़क सारिया साढ़े शहर दियाँ सारिया इदा ही पी जो कि पार्टी सुधार कर सकती है थोड़ा कोई लगता। सिमरजीत सिंह मान उन्होंने की खासियत उन्होंने खासियत उन्होंने जी। हाँ जी उ कर सकता सुधार। हाँ जी का करके की कर। हाँ जी की लगता उ कर सकता सूँ इन्ना पता जी बस। ठीक है जी आले दुआले मच्छड़ साहब के आले दुआले ठेके आ गब्बे गुरद्वारा साहब है जी। ठेके वाले ने पहला कहा भी ठेके चकने आ कोई किसी सुनी नहीं हैगी। ठीक है हाँ जी हम आले दुआले देख लो तुम आप देख लो सड़क की बने बोटा आ गई ने बोटों के पिछले सारे इतने फिरते उन्होंने बोटा मंगते। हाँ जी फिरते जी इतने गड्डिया लैके फिरते हैं। हाँ जी आए ने दुकाना आए तो उरे आए हो गए असं इतने मच्छड़े होंगे नहीं गए साढ़े हम साढ़े हमारे अच्छे तक घर आए नहीं गए पहला की बताया कि ना जी सवर्ण सिंह रोजगार मिल नहीं रहा सरकार बहुत वादे कर दी है सिर्फ अपनी कुर्सी तक ही सीमित पांच पांच छे छे पेंशन लैंदी है। ठीक है नहीं जो लोग का पैसा है यही खा रहे सरकार कोई टाइम चेहरे हिसाब ना लगता बच्चा कोई उरे रहना नहीं है कोई उम्मीद नहीं हैगी ना तो बे साडे बच्चन को रोजगार मिल जूगा। फिर इन्हें तो फिर आजादी चंगी है क्या गुलामी चंगी थी वो गुलामी चंगी थी कि जेड़े पैसे खांदे मैं कहंदा उन्होंने भी वध खा रहे अंग्रेजा नाल भी। हाँ हूँ भी बच्चे अपने अंग्रेजा को कम करते जेड़े कम तो ही करन कहंदे पंजाब च को मिलिया नहीं। हाँ इत्थे रोजगार नहीं है मेहनत की कदर नहीं हैगी नहीं सियाने कहते कहते गोरे अंग्रेज पंजाब चो कढ़ते भी काले आ गए ये काले ही वाके काले आ। हाँ काले ही वाके सिंह खैरा कि पार्टी देखना चाहते श्रोमणी अकाली दल की खासियत की उन शुरू तो ही विकास जो भी पंजाब दे विच विकास होया श्रोमणी अकाली दल की सरकार वेले ही होया पहला कोई जो भी सरकार बनिया ने किसी ने कोई विकास नहीं किया है जो गढ़ तो कांग्रेस का पर श्रोमणी अकाली दल की सरकार होने करके श्रोमणी अकाली दल ने जो विकास किया वा वह अपने समराला हल्के ज़्यादा विकास श्रोमणी अकाली दल नहीं किया वा अकाली अपने कांग्रेस सरकार वेले कोई विकास नहीं होया है। हाँ जी किना जी इंद्रजीत सिंह सर कि पार्टी देखना चाहते इस बार तो अभी श्रोमणी अकाली दल की सरकार लैके आवेंगे 200% लैके आवेंगे। की लगता विकास होगा बिल्कुल जी पिछले 10 साल सरकार सरदार प्रकाश सिंह बादल जी की सरकार रही है बहुत ज़्यादा विकास होया आ तुसीं खुद ही देख लो हुण इत्थे तकरीबन 4 बार साडे विधायक अमरीक सिंह ढिल्लों रहे हैं कांग्रेस पार्टी तो सड़कां दा इन्ना बुरा हाल आ माछीवाड़ा सरकारी हस्पताल आ उत्थे एक भी वेंटीलेटर नहीं हैगी आ 20 सालों के वेंटीलेटर भी नहीं दे सके सिविल होस्पिटल नूं इत्थों तुसीं गैस कर सकते हो कि उन्होंने किन्नी डिवेलपमेंट करवाई आ। जिहड़ा अकाली दल ने कोई अजिहा होस्पिटल बनाया होया पंजाब दे विच सर अकाली दल की सरकार वेले सरकारी होस्पिटलों का ही तुम देख लो भी कि वधिया विकास से हर चीज़ उत्थे एक बनाया हो केड़ा जी कोई भी होस्पिटल बनाया हल्का कूमकलां दे विच डिस्पेंसरियां लगा दित्तियां उन्होंने पेंडू एरिया दे विच इधर जाओगे तुम बेटी एरिया डिस्पेंसरियां देखो उन्होंने लगे हुए सांझ केंद्र बने हुए वह भी बंद हो गए वो तो कांग्रेस सरकार का है जी उन्होंने सारा कुछ बंद करता जो भी पॉलिसियां चल रही थी अपने सरकार बादल साहब दी जो भी लैके आए थे वो उन्होंने कांग्रेस सरकार ने ज आते सार ही अपनी जो सीट पर बैठे ने अपने मुख्यमंत्री कैप्टन अमरिंदर सिंह जी उन्होंने जद ही बंद करती वो लोगों जड़िया सहूलत पाइया पिंडों के सेवा केंद्र सांझ केंद्र जोड़े लगे थे वो भी बंद कर दते लोग धक्के खा रहे हैं नगर कौंसल काम नहीं हो रहा कोई भी पिछले 2.5 साल तो इतने NOC नहीं मिलती जे किसी ने रजिस्ट्री करानी है। थोड़े दिन पहला अपने रुपिंदर सिंह राजा गिल का बयान आया सगा कि मैनू सिर्फ 2-3 दिन होए इतने आया मैनू पता लग्या कि इतने NOC बंद आ जिहड़े बंदे इतने जम्मे पलने जो माछीवाड़ दे की गल उन्होंने ये चीज़ का पता नहीं लग्या कि साढ़े इतने NOC बंद ने उन्होंने 2 दिन च ही पता क्यों लग गया राजा गिल जी माछीवाड़ के जिहड़े वसनीक ने कांग्रेस के प्रधान कांग्रेस के MLA उन्होंने ये चीज़ क्यों नहीं पता लगी कि इतने 2.5 साल तो NOC बंद है। कारण की कमीशन चलता कमीशन चलते डेफिनेट तुम नगर कौंसल जाके देखो जी जो पैसे दोगा उन्होंने NOC मिल जाती है दूजे लोग धक्के खा रहे बुरा हाल है इतने सारे पासे करप्शन है। चन्नी सरकार ने 111 दिन काम किया तो खुश नहीं है सर चन्नी सरकार ने तो ऐलान ही किया जी कोई नोटिफिकेशन सैन होया हो मतलब वो मैंने दस सकते हो
ਐਲਾਨ ਕਰਦੇ ਹੋ ਨੋਟੀਫਿਕੇਸ਼ਨ ਕਰੋ ਤੁਹਾਡੇ ਸਰਕਾਰੀ ਅਦਾਰਿਆਂ ਨੂੰ ਤਾਂ ਹੀ ਪਤਾ ਲੱਗੂ ਵੀ ਅਸੀਂ ਕੀ ਕਰਨਾ ਸਾਡੇ ਮਿਨਿਸਟਰ ਨੇ ਕੀ ਆਰਡਰ ਦਿੱਤਾ ਸਾਨੂੰ ਐਲਾਨ ਤਾਂ ਆਪਾਂ ਮੈਂ ਜਾ ਕੇ ਕਰ ਦਿੰਦਾ ਸ਼ਹਿਰ ਦੇ ਵਿੱਚ ਉਹਦੇ ਨਾਲ ਕੀ ਹੋਊਗਾ ਕੀ ਕਰਦੇ ਹੋ ਸਰ ਮੈਂ ਸ਼ੋਪਕੀਪਰ ਹਾਂ ਹਾਂਜੀ ਨੌਕਰੀ ਮਿਲੀ ਨਹੀਂ ਕੋਈ ਸਰ MBA ਕੀਤੀ ਹੋਈ ਆ ਪਹਿਲੀ ਗੱਲ ਤਾਂ ਸਰਕਾਰ ਨੌਕਰੀ ਨਹੀਂ ਕੱਢਦੀ ਜੇ ਨੌਕਰੀ ਕੱਢਦੀ ਆ ਤਾਂ 100-150 ਨੌਕਰੀਆਂ ਹੁੰਦੀਆਂ ਨੇ ਉਹਦੇ ਵਿੱਚ ਤਾਂ ਜਿਹੜੇ ਪਹਿਲੇ ਹੀ ਕਰੀਮ ਹੁੰਦੀ ਆ ਉਹ ਲੈ ਜਾਂਦੇ ਨੇ ਠੀਕ ਹੈ ਕੋਟਾ ਪੂਰਾ ਕਰਦੇ ਨੇ ਆਪਣਾ ਕੋਟਾ ਪੂਰਾ ਕਰ ਲੈਂਦੇ ਨੇ ਜਾਂ ਫਿਰ ਉਹਨਾਂ ਨੂੰ ਦਿੰਦੇ ਆ ਜਾਂ ਜਿਹੜੇ ਮੰਤਰੀ ਆ ਚਹੇਤੇ ਆ ਇਹਨਾਂ ਦੇ ਜਵਾਈ ਨੇ ਉਹਨਾਂ ਨੂੰ ਨੌਕਰੀਆਂ ਦੇਣ ਦੇ ਤਰਸ ਦੇ ਆਧਾਰ 'ਤੇ ਪਹਿਲਾਂ ਹੀ ਅਰਬਾਪਤੀ ਨੇ ਉਹਨਾਂ ਦੇ ਜਵਾਈਆਂ ਨੂੰ ਪਹਿਲਾਂ ਹੀ ਤਰਸ ਦੇ ਆਧਾਰ 'ਤੇ ਨੌਕਰੀਆਂ ਦੇਈ ਜਾਂਦੇ ਨੇ ਜਿਹੜਾ ਗਰੀਬ ਬੰਦਾ ਵਾ ਉਹਨੂੰ ਕੋਈ ਪੁੱਛਦਾ ਨਹੀਂ ਹੈਗਾ ਹੁਣ ਕਿਹੜੀ ਸਰਕਾਰ ਜਿਹੜੀ ਪੰਜਾਬ ਨੂੰ ਜਵਾਨੀ ਬਾਹਰ ਜਾੜੀ ਉਹਨੂੰ ਰੋਕ ਸਕੇ ਇੱਥੇ ਰੋਜ਼ਗਾਰ ਦੇ ਸਕੇ ਕਿਹੜੀ ਸਰਕਾਰ ਲੱਗਦੀ ਹੈ ਤੁਹਾਨੂੰ ਸਰ ਰੁਜ਼ਗਾਰ ਦੇਣ ਵਾਲੀ ਤਾਂ ਸ਼੍ਰੋਮਣੀ ਅਕਾਲੀ ਦਲ ਆ ਠੀਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ ਦੀ ਭਰਤੀ ਠੀਕ ਹੈ ਜੀ ਹੋਰ ਟੀਚਰਾਂ ਦੀ ਭਰਤੀ ਕਾਫੀ ਮਤਲਬ ਨੌਕਰੀਆਂ ਕੱਢੀਆਂ ਸੀਗੀਆਂ ਆਉਣ ਵਾਲੇ 10 ਸਾਲਾਂ 'ਚ ਠੀਕ ਹੈ ਜੀ ਹੁਣ ਕਬੱਡੀ ਕੱਪ ਵੀ ਕਰਾਉਂਦੇ ਰਹੇ ਨੇ ਅਤੇ ਨੌਜਵਾਨੀ ਲਈ ਮੈਂ ਤਾਂ ਕਹਿੰਦਾ ਬਹੁਤ ਹੀ ਵਧੀਆ ਅਤੇ ਸੂਝਵਾਨ ਸਰਕਾਰ ਆ ਕਬੱਡੀ ਕੱਪ ਵੀ ਕਰਾਉਂਦੇ ਕਾਫੀ ਚਰਚਾ 'ਚ ਰਹੇ ਨੇ ਉਹ ਜੇ ਪਰਲ ਕੰਪਨੀ ਦੀ ਭੰਗੂ ਸਾਹਿਬ ਅੰਦਰ ਚਲੇ ਗਏ ਉਹਦੇ ਜਿਹੜੇ ਪੈਸੇ ਪੁੱਛ ਤੀ ਉਹ ਵੀ ਖਤਮ ਹੋ ਗਈ ਕਹਾਣੀ ਉਹਨਾਂ ਦੀ ਹਾਂਜੀ ਬਿਲਕੁਲ ਦੇਖੋ ਜੀ ਇੱਦਾਂ ਦੇ ਜਿਹੜੇ ਬੰਦੇ ਨੇ ਜਿਹੜੇ ਲੁੱਟਣ ਆਏ ਨੇ ਠੀਕ ਹੈ ਨਾ ਇਹਨਾਂ ਦਾ ਬੰਦਿਆਂ ਦੇ ਹੀ ਹੱਲ ਹੋਣਾ ਠੀਕ ਹੈ ਨਾ ਜੋ ਕਿ ਕੈਪਟਨ ਸਾਹਿਬ ਸੀਗੇ 5 ਸਾਲ ਕੋਈ ਕੰਮ ਕੀਤਾ ਨਹੀਂ ਠੀਕ ਹੈ ਅੱਜ ਘਰੇ ਬੈਠੇ ਨੇ ਠੀਕ ਹੈ ਨਾ ਜੀ ਸਾਰਾ ਕੁਛ ਮਤਲਬ ਕਿ ਇੱਥੇ ਸਾਹਮਣੇ ਆ ਜਾਣਾ ਵਾ ਲੀਡਰਾਂ ਦੇ ਠੀਕ ਹੈ ਨਾ ਜੋ ਆਪਾਂ ਬੀਜਣਾ ਉਹੀ ਵੱਢਣਾ ਪੈਣਾ ਠੀਕ ਹੈ ਮੈਨੂੰ ਲੱਗਦਾ ਵੀ ਇਹ ਰੋਜ਼ਗਾਰ ਕੋਈ ਲੈ ਕੇ ਆਊਗੀ ਹਾਂਜੀ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਡੈਫੀਨੇਟਲੀ ਲੈ ਕੇ ਆਊਗੀ ਜੀ ਰੋਜ਼ਗਾਰ ਲੈ ਕੇ ਆਊਗੀ ਨੌਜਵਾਨਾਂ ਵਾਸਤੇ ਹਾਂਜੀ ਜਿੱਦਾਂ ਕਿ ਗੋਬਿੰਦਗੜ੍ਹ ਦੇ ਵਿੱਚ ਉਹਨੇ ਕਿਹਾ ਵੀ ਇੱਥੇ ਮੈਂ ਝੋਨਾ ਲੱਗਣ ਲਾ ਦੂੰਗਾ ਅੱਜ ਬਾਕੀ ਗੱਲ ਸੱਚ ਉੱਥੇ ਕੰਮ ਬੋਲਦੇ ਪਏ ਨੇ ਉੱਥੇ ਜਿਹੜੀ ਫੈਕਟਰੀਆਂ ਬੰਦ ਹੋ ਗਈ ਨਹੀਂ ਸਰ ਫੈਕਟਰੀ ਚੱਲਦੀਆਂ ਪਈਆਂ ਨੇ ਕੁਛ ਕੁ ਫੈਕਟਰੀਆਂ ਹਾਂ ਹੋਈਆਂ ਨੇ ਬੰਦ ਬਟ ਜ਼ਿਆਦਾਤਰ 70% ਫੈਕਟਰੀਆਂ ਚੱਲਦੀਆਂ ਨੇ ਹੋਸਪਿਟਲ ਹੋ ਗਿਆ ਜਿਵੇਂ ਅਤੇ ਸੜਕਾਂ ਨਹੀਂ ਬਣੀਆਂ ਹੈਗੀਆਂ ਸੜਕਾਂ ਤੁਹਾਨੂੰ ਪਤਾ ਬੁਰਾ ਹਾਲ ਬਹੁਤ ਆ ਅਤੇ ਜਿਸ ਨਾਲ ਯਾਨੀ ਕਿ ਤੁਹਾਨੂੰ ਪਤਾ ਪ੍ਰੋਬਲਮ ਆਉਂਦੀ ਹਰੇਕ ਨੂੰ ਹੀ ਅਤੇ ਇਸ ਲਈ ਅਸੀਂ ਬਦਲਾਅ ਚਾਹੁੰਦੇ ਵੀ ਤੀਜਾ ਬਦਲ ਆਵੇ ਆਮ ਆਦਮੀ ਨੂੰ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਵਾ ਜਿਸ ਨਾਲ ਯਾਨੀ ਕਿ ਸਕੂਲ ਸੁਧਰ ਜਾਣਗੇ ਹਸਪਤਾਲ ਸੁਧਰ ਜਾਣਗੇ ਅਤੇ ਹੋਰ ਨਸ਼ੇ ਨੁਸ਼ੇ ਖਤਮ ਹੋ ਜਾਣਗੇ ਯਾਨੀ ਕਿ ਜੇ ਨਾ ਤੀਜੀ ਸਰਕਾਰ ਵੀ ਤੀਜਾ ਬਦਲ ਨਹੀਂ ਜੇ ਕੰਮ ਕਰੂਗਾ ਤਾਂ ਫਿਰ ਆਪਾਂ ਇਹਨਾਂ ਨੂੰ ਵੀ ਲਾ ਦਾਂਗੇ ਉਹ ਤਾਂ ਆਪਣੇ ਹੱਕ 'ਚ ਹੱਥ 'ਚ ਆ ਜੋ ਵੋਟ ਪਾਉਣਾ ਆਪਣਾ ਹੱਕ ਆ ਇੱਕੋ ਇੱਕ ਆਪਾਂ ਨੂੰ ਹੱਕ ਮਿਲਿਓ ਜਿਹੜਾ 5 ਸਾਲ ਬਾਅਦ ਇੱਕ ਅਧਿਕਾਰ ਆ ਵੋਟ ਪਾ ਕੇ ਵੀ ਆਪਣੀ ਸਰਕਾਰ ਬਣਾ ਸਕਦੇ ਜੇ ਉਹ 6 ਮਹੀਨੇ ਦੇ ਅੰਦਰ ਕੰਮ ਨਹੀਂ ਕਰਨਗੇ ਤਾਂ ਆਪਾਂ ਯਾਨੀ ਕਿ ਸੰਘਰਸ਼ ਕਰਾਂਗੇ ਜਿਸ ਨਾਲ ਯਾਨੀ ਕਿ ਲੋਕਾਂ ਨੂੰ ਤਾਂ ਉਹ ਤਾਂ ਇੱਕ ਮੌਕਾ ਦੇਣਾ ਚਾਹੀਦਾ ਤੀਜੇ ਬਦਲ ਨੂੰ ਵੀ ਤਾਂ ਹੀ ਪਤਾ ਲੱਗੂਗਾ ਵੀ ਹਾਂ ਵੀ ਇਹ ਕੁਝ ਕੰਮ ਕਰਦੇ ਆ ਕਿ ਨਹੀਂ ਕਰਦੇ ਆ ਜਿਹੜਾ ਨਵਾਂ ਬੰਦਾ ਹੁੰਦਾ 36 ਜਗ੍ਹਾ ਪੁੱਛ ਕੇ ਜਾਂਦਾ ਕਿਤੇ ਜਾਣਾ ਹੋਵੇ ਜੇ ਲੁਧਿਆਣੇ ਵੀ ਜਾਣਾ ਰਸਤੇ ਹੀ ਪੁੱਛ ਕੇ ਜਾਊਗਾ ਵੀ ਲੁਧਿਆਣਾ ਕਿਹੜੀ ਸਾਈਡ ਆ ਨਵੀਂ ਸਰਕਾਰ ਵੀ ਇੱਦਾਂ ਪੁੱਛ ਕੇ ਜਾਊਗੀ ਕੰਮ ਕਰੂਗੀ ਹਾਂਜੀ ਇੱਦਾਂ ਹੀ ਕੰਮ ਤਾਂ ਹੋਣਗੇ ਯਾਨੀ ਕਿ ਜੇ ਇਹ ਲੋਕਾਂ ਨੇ ਦੇਖਣਾ ਵਾ ਲੋਕਾਂ ਦੇ ਹੱਥ 'ਚ ਆ ਵੀਰੇ ਜੇ ਨਾ ਯਾਨੀ ਜੇ ਕੰਮ ਕਰਨਗੇ ਤਾਂ ਫਿਰ ਲੈ ਜਾਣਗੇ ਵੀ ਹਾਂਜੀ ਹੋਰ ਵੀ ਗੱਲਬਾਤ ਕਰਦੇ ਇੱਧਰ ਸਾਡੇ ਨਾਲ ਬਜ਼ੁਰਗ ਖੜੇ ਹਾਂਜੀ ਕੀ ਨਾਂ ਜੀ ਮੇਰਾ ਨਾਂ ਕਰਤਾਰ ਸਿੰਘ ਕਿੱਥੇ ਰਹਿਣ ਵਾਲੇ ਪਿੰਡ ਲੱਲ ਕਲਾਂ ਮੇਰੇ ਕੋਲ ਅੱਜ ਤੱਕ ਮਕਾਨ ਨਹੀਂ ਹੈਗਾ ਕਿਰਾਏ 'ਤੇ ਬੈਠਾ ਕਿਰਾਏ 'ਤੇ ਬੈਠਾ ਕਿੰਨਾ ਸਾਲ ਹੋ ਗਿਆ ਮੈਨੂੰ ਆਪਣੇ ਉਮਰ ਦੇਖ ਲਓ 70 ਸਾਲ ਹੋ ਗਏ ਅੱਛਾ ਜੀ ਮਕਾਨ ਹੈ ਨਹੀਂ ਕਿਰਾਏ 'ਤੇ ਬੈਠਾ ਚੰਨੀ ਸਰਕਾਰ ਨੇ 5 ਮਹੀਨੇ ਮੰਨ ਲਓ ਇਹਨੂੰ ਟਾਈਮ ਬੜਾ ਘੱਟ ਦਿੱਤਾ ਅੱਛਾ ਜੀ ਜੇ ਕਿਤੇ ਇਹਨੂੰ 2.5 ਸਾਲ ਇਹ ਕੈਪਟਨ ਜਿਹੜਾ ਬੈਠਾ ਅੰਦਰ ਇਹ ਦੇ ਦਿੰਦਾ ਰਾਜ ਅੱਜ ਨੂੰ ਦੁਨੀਆ ਦਾ ਬਹੁਤ ਸੁਧਾਰ ਹੋ ਜਾਂਦਾ ਅੱਛਾ ਜੀ 5 ਸਾਲ ਮਿਲ ਜਾਂਦੇ ਸੁਧਾਰ ਫਿਰ 5 ਕੀ 2.5 ਉਹ ਦੇ ਦਿੰਦਾ ਅੱਛਾ ਜੀ ਇਹ ਤਾਂ ਜਦ ਦੇਖਿਆ ਵੀ ਹੁਣ ਜਨਤਾ ਮੇਰੇ ਜੁੱਤੀਆਂ ਮਾਰੂਗੀ ਤਾਂ ਭੱਜ ਗਿਆ ਸਾਲਾ ਕੈਪਟਨ ਹਾਂਜੀ 2.5 ਸਾਲ ਦੇ ਦਿੰਦਾ ਇਹਨੂੰ ਚੰਨੀ ਨੂੰ ਚੰਨੀ ਨੇ ਭਾਵੇਂ ਬਾਗੋ ਬਾਗ ਦੁਨੀਆ ਕਰ ਦੇਣੀ ਸੀ 111 ਦਿਨ ਦੀ ਜਿਹੜਾ ਉਹਨੇ ਕੰਮ ਕੀਤਾ ਖੁਸ਼ ਹੋ ਪੂਰਾ ਐਨ ਬਹੁਤ ਵਧੀਆ ਅੱਛਾ ਜੀ ਹਾਂਜੀ ਤੁਹਾਨੂੰ ਲੱਗਦਾ ਵੀ ਆਉਣੇ ਟਾਈਮ 'ਚ ਸੁਧਾਰ ਹੋ ਜੂਗਾ ਨਾ ਚੰਨੀ ਆ ਗਿਆ ਇਹੀ ਜਨਤਾ ਦੇਖ ਲਈ ਆਪਣੇ ਐਨ ਬਾਗੋ ਬਾਗ ਹੋਊ ਮਾਛੀਵਾੜੇ ਦੇ ਜਿਹੜੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਰੇਖਦਾ ਰੁਝਾਨ ਇਹੀ ਆ ਵੀ ਚੰਨੀ ਸਰਕਾਰ ਹੁੰਦੀ ਅਤੇ ਕੁਛ ਨਾ ਕੁਛ ਹੋ ਜਾਂਦਾ ਉਹਨੂੰ ਟਾਈਮ ਬੜਾ ਘੱਟ ਦਿੱਤਾ ਗਿਆ ਟਾਈਮ 111 ਦਿਨ ਦਾ ਦਿੱਤਾ ਗਿਆ ਕਹਿੰਦੇ 4.5 ਸਾਲ ਜੇ 2.5 ਸਾਲ ਵੀ ਉਹਨੂੰ ਮਿਲ ਜਾਣ ਹੋਰ ਵੀ ਬਹੁਤ ਵਧੀਆ ਕੰਮ ਕਰ ਸਕਦੇ ਨੇ ਪੂਰੀਆਂ ਉਮੀਦਾਂ ਲਾਈ ਬੈਠੇ ਨੇ ਉਹਨੇ ਚੰਨੀ ਸਰਕਾਰ 'ਤੇ ਤੁਸੀਂ ਦੇਖ ਰਹੇ ਹੋ ਸਕਾਈ ਨੂੰ ਵੀ ਪੰਜਾਬ ਮੈਂ ਬੁੱਟਾ ਲੱਦਲ ਮਾਛੀਵਾੜਾ ਸਾਹਿਬ ਆਲ ਵਰਲਡ ਓਪਨ ਚੈਲੰਜ ਤੁਰੰਤ ਸਮਾਧਾਨ A to Z ਸਮੱਸਿਆਵਾਂ ਦਾ ਘਰ ਬੈਠੇ ਸਮਾਧਾਨ
72 ਸ਼ਕਤੀਆਂ ਦੇ ਮਾਹਿਰ 21 ਵਾਰ ਗੋਲਡ ਮੈਡਲਿਸਟ ਵਰਲਡ ਫੇਮਸ ਬਾਬਾ ਸੁਲਤਾਨ ਬੰਗਾਲੀ ਸਪੈਸ਼ਲਿਸਟ ਗ੍ਰਹਿ ਕਲੇਸ਼ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਰੁਕਾਵਟ ਵਿਆਹ ਚ ਰੁਕਾਵਟ ਸੰਤਾਨਹੀਨਤਾ ਤਲਾਕ ਕੋਰਟ ਕੇਸ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਸ਼ੀਕਰਨ ਮੁਟਕਰਨੀ ਸਾਰੀਆਂ ਥਾਵਾਂ ਤੋਂ ਨਿਰਾਸ਼ ਹੋ ਹੁਣੇ ਸੰਪਰਕ ਕਰੋ ਬਾਬਾ ਸੁਲਤਾਨ ਬੰਗਾਲੀ ਦੇ ਨਾਲ ਬਾਬਾ ਸੁਲਤਾਨ ਬੰਗਾਲੀ 7230999170 ताजा अपडेट दे लई साडे YouTube चैनल नूं सब्सक्राइब करो, Facebook चैनल नूं लाइक अते शेयर करो।